ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਕਿਨਾਂ ਵੱਲੋਂ ਕਰਵਾਈ ਜਾ ਰਹੀ ਹੈ ਪੇਂਟ ਅਤੇ ਰੰਗ ਰੋਗਨ ਦੀ ਸੇਵਾ ਗੁਰਦੁਆਰਾ ਬੀਬੀ ਰਜਨੀ ਵਿਖੇ। ਧੰਨ ਧੰਨ ਬੀਬੀ ਰਜਨੀ ਜੀ, ਜੋ ਕਿ ਬੀਬੀ ਰਜਨੀ ਜੀ ਇੱਕ ਪਰਮਾਤਮਾ 'ਤੇ ਅਟਲ ਵਿਸ਼ਵਾਸ ਰੱਖਣ ਵਾਲੀ ਬੀਬੀ, ਉਹਨਾਂ ਦੇ ਇਸ ਪਵਿੱਤਰ ਸਥਾਨ ਦੀ ਰੰਗ ਰੋਗਨ ਦੀ ਕਾਰ ਸੇਵਾ ਬਾਬਾ ਗਿਆਨ ਸਿੰਘ ਜੀ ਮਨਿਆਰੇ ਵਾਲੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰਪਿਆਰੇ ਬੀਬੀ ਰਜਨੀ ਜੀ, ਜੋ ਕਿ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਅਸਥਾਨ ਰੱਖਦੇ ਹਨ, ਉਹਨਾਂ ਦੀ ਪਵਿੱਤਰ ਯਾਦ ਵਿੱਚ ਬਣੇ ਗੁਰਦੁਆਰਾ ਬੀਬੀ ਰਜਨੀ ਜੀ ਪੱਟੀ ਵਿਖੇ ਰੰਗ ਰੋਗਨ ਦੀ ਸੇਵਾ ਅੱਜ SGPC ਦੇ ਸਹਿਯੋਗ ਨਾਲ ਸ਼ੁਰੂ ਕਰਵਾਈ ਗਈ। ਇਹ ਸੇਵਾ SGPC ਮੈਂਬਰ ਸੁਖਵਿੰਦਰ ਸਿੰਘ ਅਤੇ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਤੋਂ ਵਰਸੋਏ ਬਾਬਾ ਕੋਲਾ ਸਿੰਘ ਦੇ ਚਰਨ ਸੇਵਕ ਬਾਬਾ ਗਿਆਨ ਸਿੰਘ ਮਨਿਹਾਲੇ ਵਾਲਿਆਂ ਦੀ ਅਗਵਾਈ ਹੇਠ ਲੋਕਲ ਕਮੇਟੀ ਗੁਰਦੁਆਰਾ ਬੀਬੀ ਰਜਨੀ ਜੀ ਦੇ ਵੱਲੋਂ ਸ਼ੁਰੂ ਕਰਵਾਈ ਗਈ। ਅੱਜ ਸੰਗਤਾਂ ਵੱਲੋਂ ਗੁਰਦੁਆਰਾ ਬੀਬੀ ਰਜਨੀ ਜੀ ਵਿਖੇ ਪੁੱਜ ਕੇ ਰੰਗ ਰੋਗਨ ਅਤੇ ਪੇਂਟ ਕਰਨ ਦੀ ਸੇਵਾ ਵਿੱਚ ਹਿੱਸਾ ਪਾਇਆ ਗਿਆ, ਜਿਸ ਵਿੱਚ ਹਜ਼ਾਰ SGPC ਦੇ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਪਾਟੀਆ ਅਤੇ ਪ੍ਰਧਾਨ ਬਲਬੀਰ ਸਿੰਘ ਲੋਹਾਰੀਆ ਨੇ ਦੱਸਿਆ ਕਿ 23 ਫਰਵਰੀ ਨੂੰ ਸਾਲਾਨਾ ਜੋੜ ਮੇਲ ਵੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੇਵਾ 12 ਸਾਲ ਬਾਅਦ ਕਰਵਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਸੰਗਤਾਂ ਵਿੱਚ ਕਾਫੀ ਉਤਸ਼ਾਹ ਹੈ। ਧੰਨ ਧੰਨ ਬੀਬੀ ਰਜਨੀ ਜੀ, ਜੋ ਪੱਟੀ ਸ਼ਹਿਰ ਦੇ ਵਿੱਚ ਉਹਨਾਂ ਦੇ ਯਾਦ ਪਵਿੱਤਰ ਸਥਾਨ ਹੈ, ਜੋ ਕਿ ਬੀਬੀ ਰਜਨੀ ਜੀ ਇੱਕ ਪਰਮਾਤਮਾ 'ਤੇ ਅਟਲ ਵਿਸ਼ਵਾਸ ਰੱਖਣ ਵਾਲੀ ਬੀਬੀ, ਉਹਨਾਂ ਦੇ ਇਸ ਪਵਿੱਤਰ ਸਥਾਨ ਦੀ ਰੰਗ ਰੋਗਨ ਦੀ ਕਾਰ ਸੇਵਾ ਬਾਬਾ ਗਿਆਨ ਸਿੰਘ ਜੀ ਮਨਿਆਰੇ ਵਾਲੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਨੇ। ਇਹ ਬਹੁਤ ਹੀ ਵਡਭਾਗੇ ਸਮੇਂ ਹੁੰਦੇ ਹਨ ਜਦੋਂ ਇਹਨਾਂ ਪਵਿੱਤਰ ਰੂਹਾਂ ਦੀ ਯਾਦ ਵਿੱਚ ਜੋ ਪਵਿੱਤਰ ਸਥਾਨ ਬਣੇ ਹੁੰਦੇ ਹਨ ਉਹਨਾਂ ਦੀਆਂ ਕਾਰ ਸੇਵਾ ਆਰੰਭ ਹੁੰਦੀਆਂ ਹਨ। ਇਸ ਮੌਕੇ 'ਤੇ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਸੇਵਾ ਦੇ ਵਿੱਚ ਮਾਇਆ ਰੂਪੀ ਚਾਹੇ ਰੰਗ ਰੋਗਨ ਦੇ ਨਾਲ ਇਸ ਸਥਾਨ ਦੀ ਪਵਿੱਤਰ ਸੇਵਾ ਦੇ ਵਿੱਚ ਯੋਗਦਾਨ ਪਾ ਕੇ ਆਪਣਾ ਜੀਵਨ ਸਫਲਾ ਕਰਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਹ ਕਾਰ ਸੇਵਾ ਜੋ ਬੀਬੀ ਰਜਨੀ ਜੀ ਦਾ ਸਾਲਾਨਾ ਸਮਾਗਮ 25 ਫਰਵਰੀ ਨੂੰ ਆ ਰਿਹਾ ਹੈ, ਉਸ ਤੋਂ ਪਹਿਲਾਂ ਮੁਕੰਮਲ ਕੀਤੀ ਜਾਵੇਗੀ ਤਾਂ ਜੋ ਸੰਗਤਾਂ ਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਅਤੇ ਗੁਰੂ ਘਰ ਜਿੱਥੇ ਆਪਣੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਘਰ ਸੁੰਦਰ ਦਿਖਣ, ਆਪਣੇ ਘਰਾਂ 'ਚ ਸਾਂਭ ਸੰਭਾਲ ਹੁੰਦੀ ਰਹੇ, ਉਸੇ ਤਰ੍ਹਾਂ ਹੀ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜੋ ਇਹ ਗੁਰੂ ਘਰ ਨੇ ਉਹ ਵੀ ਵੱਧ ਤੋਂ ਵੱਧ ਸੋਹਣੇ ਰੂਪ ਵਿੱਚ ਅਤੇ ਪਵਿੱਤਰ ਰੂਪ ਵਿੱਚ ਲੋਕਾਂ ਦੇ ਸਾਹਮਣੇ ਦਰਸ਼ਨ ਹੋਣ। ਇਹ ਪਵਿੱਤਰ ਸਥਾਨ ਗੁਰਦੁਆਰਾ ਬੀਬੀ ਰਜਨੀ ਜੀ ਦੀ ਯਾਦ ਵਿੱਚ ਆ। ਬੀਬੀ ਰਜਨੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਖੋਜ ਕਰਨ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਉਹਦੇ 'ਤੇ ਮਿਹਰ ਭਰਿਆ ਹੱਥ ਰੱਖ ਕੇ ਬਹੁਤ ਵੱਡਾ ਯੋਗਦਾਨ ਆ। ਦੁੱਖ ਭੰਜਣ ਬੇਰ ਸਾਹਿਬ ਇਹ ਰੰਗ ਰੋਗਨ ਦੀ ਸੇਵਾ ਸੰਤ ਬਾਬਾ ਸਵਰਗੀ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਤੋਂ ਬਾਬਾ ਕੋਲਾ ਸਿੰਘ ਜੀ ਜਿਨ੍ਹਾਂ ਦੇ ਚਰਨ ਸੇਵਕ ਬਾਬਾ ਗਿਆਨ ਸਿੰਘ ਜੀ ਮਨਿਆਲੇ ਵਾਲੇ ਰੰਗ ਰੋਗਨ ਕੀਤੇ ਨੂੰ ਅੱਗੇ 11-12 ਸਾਲ ਹੋ ਗਏ ਸੀ ਅਤੇ ਕੁਝ ਬਾਹਰੋਂ ਕੋਈ ਰੰਗ ਰੋਗਨ ਦੀ ਦਿੱਕ ਥੋੜ੍ਹੀ ਜਿਹੀ ਖਰਾਬ ਹੋ ਗਈ। ਇਸ ਕਰਕੇ ਬੇਨਤੀ ਕੀਤੀ ਖੁਸ਼ਵਿੰਦਰ ਸਿੰਘ ਪਾਟੀਆ ਨੂੰ ਅਤੇ ਪਾਟੀਆ ਸਾਹਿਬ ਅਤੇ ਬੀਬੀ ਹਰਜਿੰਦਰ ਕੌਰ ਨੂੰ ਜੋ SGPG ਮੈਂਬਰ ਹਨ ਸਾਡਾ ਭਲਕੀ ਪੱਟੀ ਹਲਕੇ ਤੋਂ, ਉਹਨਾਂ ਦੀ ਵੱਡੀ ਘਾਲਣਾ ਦੇ ਨਾਲ ਉਹਨਾਂ ਨੇ ਮਤਾ ਪਾਸ ਕਰਾ ਕੇ ਕਾਰ ਸੇਵਾ ਬਾਬੇ ਗਿਆਨ ਸੋਹਣਾ ਮਨਿਆਲੇ ਵਾਲਿਆਂ ਨੂੰ ਦਿੱਤੀ।
ਗੁਰੂ ਪਿਆਰਿਓ, ਸਾਡੇ ਸਿੱਖ ਇਤਿਹਾਸ ਨਾਲ ਜੋ ਵੀ ਹਸਤੀਆਂ ਜੁੜੀਆਂ ਨੇ, ਜੋ ਵੀ ਮਰਜ਼ੀ ਵੜੇ ਜੁੜੇ ਹੋਏ ਨੇ, ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਅਸੀਂ ਹਮੇਸ਼ਾ ਜਿਉਂਦਾ ਰੱਖੀਏ, ਤਾਂ ਜੋ ਸਾਡੀ ਨੌਜਵਾਨ ਪੀੜ੍ਹੀ, ਸਾਡੀਆਂ ਨਵੀਆਂ ਪਨੀਰੀਆਂ ਨੂੰ ਉਹਨਾਂ ਬਾਰੇ ਪਤਾ ਹੋਵੇ, ਆਪਣੇ ਇਤਿਹਾਸ ਬਾਰੇ ਪਤਾ ਹੋਵੇ ਅਤੇ ਸਿੱਖ ਕੌਮ ਦੀ ਹੋਰਾਂ ਧਰਮਾਂ ਦੇ ਨਾਲ ਧਾਰਮਿਕ ਸਾਂਝ ਬਾਰੇ ਪਤਾ ਹੋਵੇ। ਤੋ ਇਸ ਸਭ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਵਿੱਚ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਤਰਨ ਤਰਨ ਸਾਹਿਬ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।